अज खालसा एड जलंधर की टीम इतने एक कलैक्शन सेंटर अज तो 10 दिन पहला खोलिया गया सीगा। तो संगत के सहयोग सदका जो तुम इतने देख रहे हो इकट्ठा होया राशन जिदे विच चावल अलग अलग तरह दियां दालां नमक मसाले जेकर असीं करिए डेली नीड दियां चीज़ां जिदे ब्रश पेस्टां आदि यह सारिया पंजाब ते हरियाणा के परिवारों लई है जिहड़े पिछले 12 दिनों तो हड़ां दे पानी नाल जूझ रहे हैं। सो खालसा एड पहले दिन तो ही चाहे पहला रेस्क्यू ऑपरेशन हो चाहे उन्हां वास्ते कोई होर जिहड़ी कह लो हैल्प होवे जिवें कि उन्हां नूं पिंडां दे विचों बच्चों बजुर्गों बीबियों बाहर कढ़ के लिया गया जिवें जिवें वो ऑपरेशन वो प्रोजैक्ट खत्म होए अगों नैक्सट प्रोजैक्ट आरंभ हो गए सारे आल ओवर पंजाब दे विच जिहड़े ने ईवन दिल्ली तक यूपी तक हरियाणे तक जिहड़े सारे ने कलैक्शन सेंटर खोले गए हैं जिथे कि संगत के सहयोग सदका ये सारिया जिहड़ियां किटां ने तैयार हो के उन्हां जगह पर जा रही ने जिथे कि जेनुअनली जिहड़ी लोड़ है क्योंकि जिहड़ियां असैसमेंट टीम्स ने वो पिंडां च जा के शहरां च जा के जिथे जिथे नुकसान होए क्योंकि जिहड़े कॉमन एरियाज ने जिथे गड्डियां पहुँच सकदियां ने उत्थे ते हर कोई पहुँच जाता। खालसा एड टीम की ये कोशिश रहती है कि जिथे के लोग नहीं पहुँच सकते उत्थे पहुँच के जिहड़ा ये समान है उत्थे उन्हां तक डिस्ट्रीब्यूट किया जाए। ਇਹ ਤੁਸੀਂ ਦੇਖ ਰਹੇ ਹੋ ਇਹ ਕਿੱਟਾਂ ਤਿਆਰ ਹੋਈਆਂ ਹਾਲੇ ਇਹਨਾਂ ਨੂੰ ਪ੍ਰੋਪਰਲੀ ਜਿਹੜਾ ਆ ਸੀਨ ਕੀਤੀਆਂ ਜਾਣਗੀਆਂ। ਸਾਰੀ ਜਲੰਧਰ ਦੀ ਟੀਮ ਕਪੂਰਥਲਾ ਫਗਵਾੜਾ ਦੂਰ ਦੂਰ ਤੋਂ ਸਿੰਘ ਆਏ ਨੇ। ਇਹ ਤੁਸੀਂ ਦੇਖ ਰਹੇ ਹੋ ਜਿਹੜੀਆਂ ਕਿੱਟਾਂ ਤਿਆਰ ਹੋ ਕੇ ਤਕਰੀਬਨ 700 ਤੋਂ 800 ਕਿੱਟ ਜਿਹੜੀ ਆ ਉਹ ਤਿਆਰ ਹੋ ਕੇ ਇਹ ਪੈਕ ਹੋ ਕੇ ਤੁਹਾਡੇ ਅੱਗੇ ਪਈ ਹੈ ਔਰ ਬਹੁਤ ਜਲਦੀ ਇਹ ਟਰੱਕਾਂ ਦੇ ਵਿੱਚ ਜਿਹੜੀ ਆ ਲੋਡ ਕਰਕੇ ਜਿਵੇਂ ਕਿ ਵੀਰ ਅਮਰਪ੍ਰੀਤ ਸਿੰਘ ਉਹਨਾਂ ਨੇ ਅਸੈਸਮੈਂਟ ਟੀਮਸ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਜਿੱਥੇ ਜਿੱਥੇ ਲੋੜ ਹੋਏਗੀ ਉੱਥੇ ਉੱਥੇ ਇਹ ਜਿਹੜੀਆਂ ਫਿਰ ਕਿੱਟਾਂ ਨੇ ਇਹ ਸਾਰੀਆਂ ਪਹੁੰਚਾਈਆਂ ਜਾਣਗੀਆਂ। ਇੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਸੰਗਤ ਦੇ ਵਿੱਚ ਜੋਸ਼ ਗਰਮੀ ਬਹੁਤ ਹੈ ਤਕਰੀਬਨ ਅੱਜ ਲੱਗਦਾ 38-40 ਡਿਗਰੀ ਟੈਂਪਰੇਚਰ ਹੈ ਹੁੰਮਸ ਵੀ ਬਹੁਤ ਹੈ ਪਰ ਸੰਗਤ ਦਾ ਜੋਸ਼ ਬਹੁਤ ਹੈ। ਇਹ ਵੀਰ ਤਕਰੀਬਨ ਸਵੇਰ ਤੋਂ ਲਗਾਤਾਰ ਇੱਥੇ ਕੁਰਸੀਆਂ 'ਤੇ ਬੈਠ ਕੇ ਲਗਾਤਾਰ ਜਿਹੜੇ ਨੇ ਕਿੱਟਾਂ ਨੇ ਉਹ ਸੀ ਰਹੇ ਨੇ। ਰਿਕੋਗਨਾਈਜ਼ ਦਾ ਹੋਲ ਹਿਊਮਨ ਰੇਸ ਐਜ਼ ਵਨ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ ਗੁਰੂ ਨਾਨਕ ਮਹਾਰਾਜ ਦਾ ਉਪਦੇਸ਼ ਉਸ ਨੂੰ ਦ੍ਰਿੜ ਕਰਦਿਆਂ ਹੋਇਆਂ ਬਿਨਾਂ ਕਿਸੇ ਜਾਤ ਪਾਤ ਤੋਂ ਬਿਨਾਂ ਕਿਸੇ ਨਸਲ ਰੰਗ ਭੇਦਭਾਵ ਤੋਂ ਜਿਹੜਾ ਇਹ ਸਾਰਾ ਸਮਾਨ ਹੈ ਲੋੜੀਂਦੇ ਪਰਿਵਾਰਾਂ ਤੱਕ ਪਹੁੰਚਦਾ ਕੀਤਾ ਜਾਏਗਾ। ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਦੁਨੀਆ ਦੇ ਅਲੱਗ ਅਲੱਗ ਜਗ੍ਹਾ ਤੋਂ ਭੈਣਾਂ ਭਰਾਵਾਂ ਵੀਰਾਂ ਦਾ ਸਾਥ ਜਿਨ੍ਹਾਂ ਦੇ ਸਦਕਾ ਤੁਸੀਂ ਸਾਰਾ ਦੇਖ ਰਹੇ ਹੋ ਇਹ ਸਾਰਾ ਇਕੱਠਾ ਹੋਇਆ ਰਾਸ਼ਨ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਪੈਕਟ ਨੇ ਪੈਕ ਕੀਤੇ ਗਏ ਇਹਦੇ 'ਚ ਦਾਲਾਂ ਰਾਜਮਾ ਛੋਲੇ ਨਿਊਟਰੀ ਚਾਵਲ ਚੀਨੀ ਨਮਕ ਰਸ ਬਿਸਕਿਟ ਆਇਲ ਮਤਲਬ ਹਰ ਚੀਜ਼ ਜਿਹੜੀ ਲੋੜ ਹੈ ਡੇਲੀ ਨੀਡ ਦੀ ਲੋੜ ਹੈ ਉਹ ਸਾਰੀ ਜਿਹੜੀ ਹੈ ਉਹ ਇੱਥੇ ਪੈਕ ਕੀਤੀ ਜਾ ਰਹੀ ਹੈ। ਜਿੱਥੇ ਇਹ ਸਮਾਨ ਦਿੱਤਾ ਗਿਆ ਇਹਦੇ ਨਾਲ ਨਾਲ ਹੀ ਜਿਨ੍ਹਾਂ ਪਰਿਵਾਰਾਂ ਦੇ ਕਹਿ ਲਓ ਘਰਾਂ ਦੇ ਬੈੱਡ ਜਾਂ ਹੋਰ ਇੱਦਾਂ ਦਾ ਨੁਕਸਾਨ ਹੋਇਆ ਉਹਨਾਂ ਲਈ ਜਿਹੜੀ ਸੰਗਤ ਵੱਲੋਂ ਇਹ ਗੱਦਿਆਂ ਦੀ ਸੇਵਾ ਆਈ ਤਰਪਾਲਾਂ ਦੀ ਸੇਵਾ ਆਈ ਮੱਛਰਦਾਨੀਆਂ ਦੀ ਸੇਵਾ ਆਈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਪ੍ਰੋਬਲਮਸ ਹੋਰ ਵੀ ਵਧਣਗੀਆਂ। ਜਿੱਥੇ ਇਹ ਪ੍ਰੋਜੈਕਟ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ 'ਚ ਖਾਲਸਾ ਏਡ ਵੱਲੋਂ ਜਿਹੜੀਆਂ ਅਸੈਸਮੈਂਟ ਟੀਮਾਂ ਨੇ ਉਹ ਲਗਾਈਆਂ ਜਾ ਚੁੱਕੀਆਂ ਨੇ। 18 ਤੋਂ 19 ਟੀਮਾਂ ਜਿਹੜੀਆਂ ਨੇ ਅਲੱਗ ਅਲੱਗ ਏਰੀਆਜ਼ ਦੇ ਵਿੱਚ ਕੰਮ ਕਰ ਰਹੀਆਂ ਨੇ। ਆਉਣ ਵਾਲੇ ਸਮੇਂ 'ਚ ਮੇਨ ਜਿਹੜੇ ਪ੍ਰੋਜੈਕਟ ਉਹ ਰਹਿਣਗੇ ਜਿਨ੍ਹਾਂ ਦੇ ਘਰ ਢਹਿ ਗਏ ਜਾਂ ਹੋਰ ਨੁਕਸਾਨ ਹੋਏ
ਉਹ ਅਸੈਸਮੈਂਟ ਟੀਮ ਆ ਕੇ ਦੱਸੇਗੀ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਰਹੇਗੀ। ਅੱਜ ਤਕਰੀਬਨ 16 ਦਿਨ ਹੋ ਗਏ ਇਸ ਹੜ੍ਹਾਂ ਦੇ ਮਾਰ ਨੂੰ ਝੱਲਦਿਆਂ ਪੰਜਾਬ ਅਤੇ ਹਰਿਆਣਾ ਦੇ ਲੋਕ ਲਗਾਤਾਰ ਕੰਟੀਨਿਊ ਵੀਰ ਅਮਰਪ੍ਰੀਤ ਸਿੰਘ ਦਿਨ ਰਾਤ ਇੱਕ ਕਰਦੇ ਹੋਏ ਸਾਰੇ ਵਲੰਟੀਅਰਸ ਵੀਰਾਂ ਨੂੰ ਨਾਲ ਲੈਂਦਿਆਂ ਹੋਇਆ, ਇਕੱਲੇ ਵੀਰ ਹੀ ਨਹੀਂ ਇੱਥੇ ਭੈਣਾਂ ਸੰਗਤ ਸਾਰੇ ਵੱਧ ਚੜ੍ਹ ਕੇ ਜਿਹੜੀ ਨੇ ਸੇਵਾਵਾਂ ਸੇਵਾਵਾਂ 'ਚ ਸਾਥ ਦਿੰਦੇ ਨੇ, ਚਾਹੇ ਉਹ ਪਟਿਆਲਾ ਹੋਵੇ, ਜਲੰਧਰ ਹੋਵੇ, ਦਿੱਲੀ ਹੋਵੇ, ਯੂਪੀ ਹੋਵੇ ਜਾਂ ਆਲ ਓਵਰ ਜਿਹੜਾ ਕਹਿ ਲਓ ਨੌਰਥ ਇੰਡੀਆ ਜਿਹੜਾ ਇਸ ਹੜ੍ਹਾਂ ਦੀ ਮਾਰ ਹੇਠ ਆਇਆ। ਇਹ ਅਲੱਗ ਅਲੱਗ ਤਰ੍ਹਾਂ ਦੀਆਂ ਕਿੱਟਾਂ ਤਿਆਰ ਕਰ ਕਰਕੇ ਇੱਕ ਵੱਡੀ ਕਿੱਟ ਦੇ ਵਿੱਚ ਪੈਕ ਕੀਤਾ ਜਾਂਦਾ ਹੈ, ਜਿਹਦੇ ਤਕਰੀਬਨ 17 ਤੋਂ 18 ਕਿਲੋ ਦੀ ਜਿਹੜੀ ਕਿੱਟ ਹੈ ਉਹ ਤਿਆਰ ਹੁੰਦੀ ਹੈ, ਜਿਹਦੇ ਵਿੱਚ ਚਾਲਾਂ, ਦਾਵਲ, ਰਾਸ਼ਨ, ਸੁੱਕਾ ਰਾਸ਼ਨ, ਬ੍ਰਸ਼, ਪੇਸਟਾਂ, ਨਹਾਉਣ ਵਾਲਾ ਸਾਬਣ ਜਾਂ ਕੱਪੜੇ ਧੋਣ ਵਾਲਾ ਸਰਫ, ਸਾਬਣ, ਤੇਲ, ਕੀ ਕਹੀਏ ਮੋਸਕੀਟੋ ਆਇਲ, ਮਸਾਲੇ, ਹਰ ਚੀਜ਼ਾਂ ਜਿਹੜੀਆਂ ਨੇ ਇਸ ਇੱਕ ਕਿੱਟ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਔਰ ਪੈਕ ਕਰਕੇ ਇਹਨਾਂ ਨੂੰ ਇੱਕ ORS ਅਸੀਂ ਕਹਿ ਲਈਏ, ਇਹ ਸਾਰੇ ਢੇਰਾਂ ਦੇ ਢੇਰ, ਇਹ ਸਾਰੇ ਤੁਹਾਡੀ ਸੰਗਤ ਦੀ ਅਸੀਸ, ਸੰਗਤ ਦੇ ਸਹਿਯੋਗ ਸਦਕਾ ਜਿਹੜੇ ਦੇਸ਼ ਵਿਦੇਸ਼ਾਂ 'ਚੋਂ ਸਾਥ ਦੇ ਰਹੇ ਨੇ। ਤੁਹਾਡੇ ਇਸ ਪਿਆਰ ਸਦਕਾ ਹੀ ਨੇ ਇਹ ਸਾਰੇ ਵਲੰਟੀਅਰ, ਇਹ ਸਾਰੀ ਸੰਗਤ ਜਿਵੇਂ ਤੁਹਾਡੇ ਸਾਹਮਣੇ ਸੇਵਾ ਕਰ ਰਹੀ ਹੈ। ਪਿਛਲੇ 12-13 ਦਿਨਾਂ ਤੋਂ ਲਗਾਤਾਰ ਇੱਥੇ ਪਹਿਲਾਂ ਅਸੀਂ ਇਹ ਸਾਰਾ ਜਿਹੜਾ ਰਾਸ਼ਨ ਸੀ ਇਕੱਠਾ ਕਰ ਰਹੇ ਸੀ। ਪਿਛਲੇ 2-3 ਦਿਨਾਂ ਤੋਂ ਪਹਿਲਾਂ ਇਹਨੂੰ ਸਟਾਰਟ ਕੀਤਾ ਗਿਆ ਕਿ ਇਹਨਾਂ ਨੂੰ ਪੈਕ ਕੀਤਾ ਜਾਵੇ, ਜਿਵੇਂ ਜਿਵੇਂ ਇੱਕ ਪਰਿਵਾਰ ਦੀ ਨੀਡ ਹੁੰਦੀ ਹੈ ਉਹਦੇ ਇੱਕ ਫੈਮਿਲੀ ਦੀ ਇੱਕ ਕਿੱਟ ਕਿੱਟ ਬਣਾਈ ਗਈ ਹੈ। ਜਿੱਦਾਂ ਤਾਂ ਕਹਿ ਲਓ 4-5 ਜਿਹੜੇ ਪਰਿਵਾਰ ਦੇ ਜੀਆਂ ਲਈ ਉਹਨਾਂ ਲਈ ਇਹ ਜਿਹੜੀ ਇੱਕ ਕਿੱਟ ਤਿਆਰ ਕੀਤੀ ਗਈ ਹੈ। ਜੇਕਰ ਉਹਨਾਂ ਪਰਿਵਾਰਾਂ ਦੇ ਵਿੱਚ ਕੋਈ ਹੋਰ ਪ੍ਰੋਬਲਮਸ ਵੀ ਆਉਂਦੀ ਹੈ ਤਾਂ ਸਾਡੇ ਜਿਹੜੇ ਹੈਲਪਲਾਈਨ ਨੰਬਰਸ ਨੇ ਉਹ ਹਰ ਸਾਡੇ ਜਿਹੜੇ ਫੇਸਬੁੱਕ ਕਹਿ ਲਓ, ਇੰਸਟਾ ਦੇ ਕਹਿ ਲਓ, ਹਰ ਪੇਜਾਂ ਤੋਂ ਜਿਹੜੇ ਉਹ ਪ੍ਰੋਵਾਈਡ ਕੀਤੇ ਗਏ ਨੇ, ਕਿਧਰੇ ਵੀ ਕੋਈ ਵੀ ਉਹ ਹਰ ਕੋਈ ਕੰਟੈਕਟ ਕਰ ਸਕਦਾ ਹੈ। ਇੱਥੇ ਅੱਜ ਸਵੇਰੇ ਤਕਰੀਬਨ 10 ਤੋਂ ਜਿਹੜੀ ਸੀਗੀ ਪੈਕਿੰਗ ਦੀ ਸੇਵਾ ਇਹ ਆਰੰਭ ਕੀਤੀ ਗਈ। ਤਕਰੀਬਨ 1000 ਦੇ ਕਿੱਟ ਜਿਹੜੀ ਆ ਹੁਣ ਇਸ ਵੇਲੇ ਤੱਕ ਜਿਹੜੀ ਹੈ ਇਹ ਪੈਕ ਹੋ ਚੁੱਕੀ ਹੈ। ਦੂਰੋਂ ਨੇੜਿਓਂ ਆਈ ਸੰਗਤ, ਦੂਰੋਂ ਨੇੜਿਓਂ ਆਏ ਚੱਲ ਕੇ ਵਲੰਟੀਅਰ, ਸਾਰਿਆਂ ਦਾ ਸਿਰ ਮੱਥੇ। ਇਹਨਾਂ 'ਚ ਕੋਈ ਵੀ ਵਲੰਟੀਅਰ ਪੇਡ ਨਹੀਂ ਹੈ ਜੀ, ਸਾਰੇ ਇੱਕ ਗੁਰੂ ਨਾਨਕ ਸਾਹਿਬ ਦੇ ਕਹਿ ਲਓ ਉਹਨਾਂ ਦੇ ਜਿਹੜਾ ਦਿੱਤਾ ਗਿਆ ਉਹਨਾਂ ਦਾ ਹੋਕਾ, ਜਦੋਂ ਵੀ ਕਿਧਰੇ ਕੁਦਰਤ ਦੀ ਕਿਧਰੇ ਵੀ ਕੋਈ ਆਪਦਾ ਆਈ ਤਾਂ ਖਾਲਸਾ ਏਡ ਸਭ ਤੋਂ ਪਹਿਲਾਂ ਜਾ ਕੇ ਉੱਥੇ ਉਸ ਗੁਰੂ ਨਾਨਕ ਦੇ ਕਹਿ ਲਓ ਪਿਆਰ ਮੰਡਣ ਲਈ। ਜੇਕਰ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਲੰਗਰ ਲਾਇਆ, ਪ੍ਰਸ਼ਾਦਾ ਛਕਾਇਆ, ਤਾਂ ਫਿਰ ਭਾਵੇਂ ਪੜ੍ਹਾਈ ਹੋਵੇ ਜਾਂ ਬੱਚਿਆਂ ਦੇ ਵਿਆਹ ਆਦਿ ਕਰਨੇ ਹੋਣ ਜਾਂ ਮੈਡੀਕਲ ਕੋਈ ਹੋਰ ਸਹੂਲਤ ਹੋਵੇ ਤਾਂ ਖਾਲਸਾ ਏਡ ਲਗਾਤਾਰ ਇਹ ਜਿਹੜੀਆਂ ਸੇਵਾਵਾਂ ਆ ਆਲ ਓਵਰ ਇੰਡੀਆ ਜਿਹੜੀ ਹੈ ਉਹ ਦੇ ਰਹੀ ਹੈ। ਇੱਥੋਂ ਤੱਕ ਕਿ ਇੰਡੀਆ ਤੋਂ ਬਾਹਰ ਜਾ ਕੇ ਵੀ ਅਸੀਂ ਦੇਖਦੇ ਹਾਂ ਜਿੱਥੇ ਵੀ ਕੋਈ ਇੱਦਾਂ ਦੀ ਸਮਾਂ ਆਉਂਦਾ, ਚਾਹੇ ਉਹ ਨੇਪਾਲ ਹੋਵੇ ਜਾਂ ਕੋਈ ਹੋਰ ਦੇਸ਼, ਸ਼੍ਰੀਲੰਕਾ, ਬਰਮਾ, ਕਿਧਰੇ ਵੀ, ਸੋ ਉੱਥੇ ਖਾਲਸਾ ਏਡ ਜਾ ਕੇ ਪਹਿਲ ਦੇ ਆਧਾਰ 'ਤੇ ਸਾਰੀਆਂ ਸੇਵਾਵਾਂ ਦਿੰਦੀ ਹੈ। ਧੰਨਵਾਦ ਕਰਦੇ ਹਾਂ ਦੇਸ਼ ਵਿਦੇਸ਼ 'ਚ ਬੈਠੀਆਂ ਉਹਨਾਂ ਪਿਆਰੀਆਂ ਸੰਗਤਾਂ ਦਾ ਜਿਨ੍ਹਾਂ ਦੀਆਂ ਅਸੀਸਾਂ ਸਦਕਾ, ਜਿਨ੍ਹਾਂ ਦੇ ਪਿਆਰ ਸਦਕਾ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਰਹਿੰਦੀਆਂ ਨੇ। ਇਹ ਤਾਂ ਉਹ ਵਲੰਟੀਅਰਸ ਨੇ ਜਿਹੜੇ ਅੱਗੇ ਆ ਕੇ ਸੇਵਾ ਕਰ ਰਹੇ ਨੇ, ਬਹੁਤ ਸਾਰੇ ਐਸੇ ਵਲੰਟੀਅਰ ਨੇ ਜਿਹੜੇ ਇਸ ਕੈਮਰੇ ਦੇ ਅੱਗੇ ਜਾਂ ਇਸ ਫੋਟੋ ਦੇ ਅੱਗੇ ਨਹੀਂ ਆਉਂਦੇ ਪਰ ਉਹਨਾਂ ਦੀਆਂ ਬਹੁਤ ਸਖਤ ਡਿਊਟੀਆਂ, ਬਹੁਤ ਸਖਤ ਸੇਵਾਵਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਪਿੱਛੇ ਆਫਿਸ 'ਚ ਬੈਠ ਕੇ ਪਟਿਆਲੇ ਉੱਥੇ ਰੋਜ਼ਾਨਾ ਹਜ਼ਾਰਾਂ ਫੋਨ ਆਉਂਦੇ ਨੇ
ਜਿਹੜੇ ਜਿਹੜੇ ਏਰੀਆਜ਼ 'ਚ ਜੋ ਜੋ ਵੀ ਪ੍ਰੋਬਲਮਸ ਆਉਂਦੀ ਹੈ ਉਹਨਾਂ ਨੂੰ ਕਿਵੇਂ ਸੋਲਵ ਕਰਨਾ ਹੈ ਉਹ ਅਲੱਗ ਤੋਂ ਟੀਮਾਂ ਲੱਗੀਆਂ ਹੋਈਆਂ ਨੇ। ਸੋ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਔਰ ਵੀਰ ਅਮਰਪ੍ਰੀਤ ਸਿੰਘ ਜਿਨ੍ਹਾਂ ਦੀਆਂ ਡਾਇਰੈਕਸ਼ਨਸ ਦੇ ਅੰਡਰ ਇਹ ਸਾਰੇ ਵੀਰ ਸਾਰੀਆਂ ਭੈਣਾਂ ਸਾਰੀ ਸੰਗਤ ਤਕਰੀਬਨ 500 ਵਲੰਟੀਅਰ ਜਿਹੜਾ ਹੈ ਉਹ ਜ਼ੀਰੋ ਗਰਾਊਂਡ 'ਤੇ ਲਗਾਤਾਰ ਸੇਵਾਵਾਂ ਦੇ ਰਿਹਾ ਹੈ। ਤੁਹਾਨੂੰ ਇੱਕ ਵਾਰੀ ਨਜ਼ਰ ਕਰਾਵਾਂ ਜੇਕਰ ਅਸੀਂ ਸਟਾਰਟ ਕਰੀਏ ਸਭ ਤੋਂ ਪਹਿਲਾਂ ਇਸੇ ਕਿੱਟ ਦੇ ਵਿੱਚ ਇਹ ਜਿਹੜਾ ਆਟਾ ਆ ਉਹ ਪਾਇਆ ਜਾਂਦਾ ਹੈ ਉਹਦੇ ਨਾਲ ਨਾਲ ਇਹ ਸਾਰੀਆਂ ਦਾਲਾਂ ਇਸ ਤੋਂ ਅੱਗੇ ਚਲੀਏ ਚਾਵਲ ਇਹ ਸਾਰੇ ਕਹਿ ਲਓ ਢੇਰ ਲੱਗੇ ਇੱਥੇ ਤੁਸੀਂ ਦੇਖ ਰਹੇ ਹੋ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਉਹ ਸਾਰੇ ਆ ਸੇਵਾਵਾਂ ਦੇ ਰਹੇ ਨੇ। ਆਹ ਦੇਖੋ ਕੋਈ 5 ਸਾਲ ਦਾ ਕੋਈ 7 ਸਾਲ ਦਾ ਪਰ ਇਹਨਾਂ 'ਚ ਜੋਸ਼ ਦੇਖੋ ਪਸੀਨੇ ਬਹੁਤ ਨੇ ਗਰਮੀ ਬਹੁਤ ਹੈ ਪਰ ਲਗਾਤਾਰ ਸੇਵਾਵਾਂ ਦੇ ਰਹੇ ਨੇ। ਇੱਥੋਂ ਤੱਕ ਕਿ ਸਾਡੇ ਕੋਲ ਇੱਕ 2 ਸਾਲ ਦਾ ਬੱਚਾ ਸ਼ਾਇਦ ਜਾਂ ਇਸ ਤੋਂ ਵੀ ਘੱਟ ਉਮਰ ਦਾ ਇਹ ਵੀ ਲਗਾਤਾਰ ਸਵੇਰ ਤੋਂ ਸੇਵਾਵਾਂ 'ਚ ਨੇ। ਇੱਥੇ ਰਸ ਬਿਸਕੁਟਸ ਇਹ ਸਾਰਾ ਕੁਝ ਜਿਹੜਾ ਪੈਕ ਕੀਤਾ ਜਾ ਚੁੱਕਾ ਹੁਣ ਤੱਕ। ਦੇਖ ਸਕਦੇ ਹੋ ਤੁਸੀਂ ਇੱਥੇ ਮਸਾਲੇ ਅਲੱਗ ਅਲੱਗ ਤਰ੍ਹਾਂ ਦੇ ਮਿਰਚ ਹਲਦੀ ਗਰਮ ਮਸਾਲਾ ਨਮਕ ਇਹ ਦੇਖੋ ਮੋਸਕੀਟੋ ਆਲ ਔਰ ਮੋਸਕੀਟੋ ਜੋ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਇਹਦੀ ਲੋੜ ਰਹਿਣੀ ਹੈ ਕਿਉਂਕਿ ਜਦੋਂ ਪਾਣੀ ਹਟਣਾ ਤਾਂ ਉੱਥੇ ਮੱਛਰਾਂ ਇੱਦਾਂ ਦੀਆਂ ਬਿਮਾਰੀਆਂ ਬਹੁਤ ਆਉਣੀਆਂ ਨੇ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਨਾਲ ਸੰਗਤ ਨੂੰ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਹੀ ORS ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਭ ਤੁਹਾਡੇ ਸਹਿਯੋਗ ਸਦਕਾ ਹੀ ਹੈ। ਸੰਗਤਾਂ ਫੋਨ ਕਾਲ ਕਰਕੇ ਪੁੱਛਦੀਆਂ ਨੇ ਕਿ ਕਿਹੜਾ ਸਮਾਨ ਚਾਹੀਦਾ ਸਾਨੂੰ ਤੁਸੀਂ ਹੁਕਮ ਕਰੋ ਕਿੰਨਾ ਚਾਹੀਦਾ। ਸੋ ਜਿੱਦਾਂ ਜਿੱਦਾਂ ਜਿਹਦੀ ਜਿਹਦੀ ਜਿੰਨੀ ਉਹਦੀ ਹੈ ਉਹਦੇ ਹਿਸਾਬ ਨਾਲ ਸਾਰੇ ਜਣੇ ਵੱਧ ਤੋਂ ਵੱਧ ਸੇਵਾਵਾਂ ਲਿਆ ਰਹੇ ਨੇ। ਕਈ ਜਣੇ ਤਾਂ ਅਸੀਂ ਇੱਦਾਂ ਦੇ ਵੀ ਪਿਆਰ ਵਾਲੇ ਦੇਖਦੇ ਨੇ ਵੀ ਰਿਕਸ਼ਾ ਚਲਾ ਰਹੇ ਨੇ ਪਰ ਨਹੀਂ ਉਹ ਕਿਲੋ ਦਾਲ 2 ਕਿਲੋ ਆਟਾ ਜਾਂ ਜਿੰਨਾ ਵੀ ਉਹ ਲੱਗਦਾ ਉਹਨਾਂ ਨੂੰ ਉਹ ਆਪਣਾ ਪਿਆਰ ਜਿਹੜਾ ਹੈ ਇਹ 'ਚ ਪਾ ਕੇ ਜਾ ਰਹੇ ਨੇ ਔਰ ਸਾਰਾ ਇਹ ਪਿਆਰ ਜਿਹੜਾ ਸਾਰਾ ਇਹ ਸਮਾਨ ਹੈ ਰਾਸ਼ਨ ਹੈ ਉਹ ਉਹਨਾਂ ਸੰਗਤਾਂ ਤੱਕ ਜਲਦੀ ਤੋਂ ਜਲਦੀ ਜਿਹੜਾ ਪਹੁੰਚਾ ਦਿੱਤਾ ਜਾਏਗਾ। ਇਹ ਸੰਗਤਾਂ ਇੱਥੋਂ ਦੀਆਂ ਲੋਕਲ ਜਿੱਥੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਜਲੰਧਰ ਦੇ ਆਦਰਸ਼ ਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ। ਜਦੋਂ ਵੀ ਕੋਈ ਇੱਦਾਂ ਦਾ ਸਮਾਂ ਬਣਦਾ ਜਦੋਂ ਵੀ ਕਿਧਰੇ ਖਾਲਸਾ ਏਡ ਲਈ ਕੋਈ ਇੱਦਾਂ ਦਾ ਅਸੀਂ ਕੋਈ ਕਲੈਕਸ਼ਨ ਸੈਂਟਰ ਖੋਲ੍ਹ ਲੈਂਦਾ ਕਿਉਂਕਿ ਜਲੰਧਰ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ। ਸੋ ਉਹ ਸਾਨੂੰ ਬਹੁਤ ਜ਼ਿਆਦਾ ਸਾਥ ਦਿੰਦੇ ਨੇ ਉਹਨਾਂ ਦਾ ਸਦਾ ਹੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਦੇਖੋ ਜਿਹੜੀਆਂ ਟਿਕਟਾਂ ਨੇ ਸਾਰੀਆਂ ਤਿਆਰ ਹੋ ਚੁੱਕੀਆਂ। ਚਲੋ ਮੈਂ ਇੱਥੇ ਹੀ ਕਿਉਂਕਿ ਸੇਵਾਵਾਂ ਹਾਲੇ ਹੋਰ ਵੀ ਬਹੁਤ ਨੇ ਲਗਾਤਾਰ ਜਾਰੀ ਨੇ। ਰਹਿਰਾਜ ਸਾਹਿਬ ਦਾ ਸਮਾਂ ਹੋ ਚੁੱਕਾ ਹੈ ਸਾਰੀ ਸੰਗਤ ਤੋਂ ਵਿਦਾ ਲੈਂਦੇ ਹੋਏ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਆਪਣਾ ਪਿਆਰ ਦੇ ਰਹੇ ਨੇ ਜਿਵੇਂ ਵੀ ਆਪਣਾ ਸਾਥ ਦੇ ਰਹੇ ਨੇ ਚਾਹੇ ਉਹ ਮਾਇਆ ਦੇ ਪੱਖੋਂ ਹੈ ਚਾਹੇ ਉਹ ਕਹਿ ਲਓ ਸਰੀਰਕ ਪੱਖੋਂ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਆ ਕੇ ਸੇਵਾਵਾਂ ਦਿੰਦੇ ਨੇ ਸਾਰਿਆਂ ਦਾ ਧੰਨਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Yes.